ਮੇਰਾ ਨਾ ਦਫ਼ਤਰ ਹੁੰਦਾ ਸੀ ਸਲਾਮਤ ਦਾ ਹੋਟਲ ਸੀ ਕਾਰਨਰ ਤੇ ਨਾਲ ਦਾ ਮੇਰਾ ਦਫ਼ਤਰ ਸੀ ਉੱਥੇ ਨਾ ਉਹ ਸਾਡੇ ਦੋ ਹਾਜੀ ਸਾਹਿਬ ਸਨ ਉਹਨਾਂ ਦੀਆਂ ਦੁਕਾਨਾਂ ਚ ਮੇਰਾ ਦਫ਼ਤਰ ਸੀ ਪਿੱਛੇ ਹਾਜੀ ਸਾਹਿਬ ਦਾ ਮਕਾਨ ਖਾਲੀ ਸੀ ਉਹ ਹਾਜੀ ਸਾਹਿਬ ਨੇ ਮੈਨੂੰ ਚਾਹ ਵੀ ਦਿੱਤੀ ਉਹਨਾਂ ਕਿਹਾ ਯਾਰ ਮਕਾਨ ਨਾ ਕਿਰਾਏ ਤੇ ਚੜਾ ਦੇਣੇ ਮੈਂ ਚਲੋ ਠੀਕ ਚੜਾ ਦੇਣਗੇ ਹਾਜੀ ਸਾਹਿਬ ਕੋਲ ਪਾਲਟੀ ਸ਼ਾਲਟੀ ਆਏ ਤੇ ਹਾਜੀ ਸਾਹਿਬ ਉਹਦਾ ਕਿਰਾਇਆ ਮੰਗਦੇ ਸੀ 13,000 ਰੁਪਇਆ ਦੋ ਕਮਰੇ ਸੀ ਉਦੋਂ ਕਿਰਾਇਆ ਥੋੜਾ ਜਿਹਾ ਜ਼ਿਆਦਾ ਸੀ ਹੁਣ ਮੈਨੂੰ ਵੀ ਪਤਾ ਸੀ ਵੀ ਹਾਜੀ ਸਾਹਿਬ ਦੇ ਅੱਗੇ ਬੋਲਣਾ ਨਹੀਂ ਬੜੇ ਸਖ਼ਤ ਹੈਗੇ ਸਨ ਸਹੀ ਕਿਰਾਇਆ ਪਰ ਜ਼ਿਆਦਾ ਹੈਗਾ ਮੈਂ ਅਗਰ ਚੁੱਪ ਕਰਕੇ ਨੇ ਚਾਬੀ ਰੱਖ ਲਈ ਬੰਦਾ ਬਹੁਤ ਅੱਛਾ ਸੀ ਉਹ ਗੱਲ ਮਤਲਬ ਇਸ ਹਿਸਾਬ ਨਾਲ ਲੇਕਿਨ ਸਖ਼ਤ ਤਬੀਅਤ ਸੀ ਅਸੀਂ ਚੂੰਕਿ ਛੋਟੇ ਸਾਂ ਸਾਡੇ ਤੇ ਚੜਾਈ ਚੜੂਈ ਵੀ ਕਰ ਜਾਂਦੇ ਸੀ ਸ਼ੁਗਲ ਮਜ਼ਾਕ ਵੀ ਕਰ ਜਾਂਦੇ ਸੀ ਅਸੀਂ ਚਲੋ ਹਾਜੀ ਸਾਹਿਬ ਨੇ ਮੈਨੂੰ ਚਾਬੀ ਫੜਾਈ ਉਹਨੇ ਕਿਹਾ ਆ ਪੁੱਤਰ ਚਾਬੀ ਰੱਖ ਤੇ ਮਕਾਨ ਕਿਰਾਏ ਤੇ ਚੜਾਉਣੀ ਪਿੱਛੇ 13,000 ਰੁਪਏ ਕਿਰਾਏ ਤੇ ਮੈਂ ਠੀਕ ਹੈ ਸਰ ਮੈਂ ਚਾਬੀ ਲੈ ਕੇ ਨਾ ਦਰਾਜ਼ ਚ ਰੱਖ ਦਿੱਤੀ ਪੂਰੇ ਸਾਰੀ ਸੁਸਾਇਟੀ ਦੇ ਡੀਲਰਾਂ ਨੂੰ ਪਤਾ ਸੀ ਬਈ ਹਾਜੀ ਸਾਹਿਬ ਦਾ ਮਕਾਨ ਹੈ ਤੇ ਖਾਲੀ ਵੀ ਪਿਆ ਸਾਡੇ ਡੀਲਰ ਭਰਾ ਕੀ ਕਰਦੇ ਨੇ ਪਤਾ ਵੀ ਹੋਵੇ ਚਾਬੀ ਫਲਾਣੇ ਕੋਲ ਹੈ ਨਾ ਤੇ ਮਾਲਕ ਨੂੰ ਡਾਇਰੈਕਟ ਫੋਨ ਕਰਦੇ ਨੇ ਡਾਇਰੈਕਟ ਹੋ ਜਾਂਦੇ ਨੇ ਕਹਿੰਦੇ ਡਾਇਰੈਕਟ ਫੋਨ ਕਰਦੇ ਨੇ ਕਿ ਕਮਿਸ਼ਨ ਸਾਰੀ ਆਪਾਂ ਹੀ ਫੜੀ ਠੀਕ ਹੈ ਮੈਨੂੰ ਇੱਕ ਡੀਲਰ ਭਰਾ ਦਾ ਫੋਨ ਆਇਆ ਆਂਦਾ ਹਾਜੀ ਸਾਹਿਬ ਵਾਲੇ ਮਕਾਨ ਦੀ ਚਾਬੀ ਤੁਹਾਡੇ ਕੋਲ ਹੈ ਮੈਂ ਕਿਹਾ ਆਹੋ ਮੇਰੇ ਕੋਲ ਹੈ ਆਂਦਾ ਮੈਂ ਮਕਾਨ ਦਿਖਾਣਾ ਮੈਂ ਕਿਹਾ ਦਿਖਾ ਲੈ ਹਾਜੀ ਸਾਹਿਬ ਦਾ ਵੀ ਮੈਨੂੰ ਫੋਨ ਆ ਗਿਆ ਕਿ ਯਾਰ ਉਹ ਡੀਲਰ ਆਏਗਾ ਮੈਂ ਕਿਹਾ ਨਾਲ ਜਾ ਕੇ ਉਹਨੂੰ ਦਿਖਾ ਦੇ ਦੋ ਕਮਰੇ ਸੀ ਮੇਰੇ ਦਫ਼ਤਰ ਦੀ ਬਿਲਕੁਲ ਪਿਛਲਾ ਮਕਾਨ ਸੀ ਖੈਰ ਉਹ ਡੀਲਰ ਆਇਆ ਨਾਲ ਪਾਰਟੀ 3-4 ਬੀਬੀਆਂ 3-4 ਬੰਦੇ ਉਹਨਾਂ ਕਿਰਾਏ ਤੇ ਲੈਣਾ ਸੀ ਉਹ ਡੀਲਰ ਆਇਆ ਮੇਰੇ ਕੋਲ ਆਂਦਾ ਨੇ ਸਾਹਿਬ ਮਕਾਨ ਦਿਖਾ ਦਿਓ ਮੈਂ ਨਾਲ ਟੁਰ ਪਿਆ ਸੱਚੀ ਗੱਲ ਹੈ ਮੈਂ ਨਾਲ ਟੁਰ ਪਿਆ ਇੰਜ ਮੈਂ ਦਫ਼ਤਰ ਮੁੜਿਆ ਤੇ ਜਾ ਕੇ ਦਰਵਾਜ਼ਾ ਖੋਲ ਦਿੱਤਾ ਉਹ ਫਿਰ ਮਕਾਨ ਵੇਖਣ ਲੱਗ ਪਿਆ ਮੈਂ ਗਰਾਜ ਚ ਖਲੋਤਾ ਰਿਹਾ ਉਹ ਡੀਲਰ ਉਹਨਾਂ ਨੂੰ ਮਕਾਨ ਵਿਖਾਇਆ ਇਹ ਕਮਰਾ ਹੈ ਇਹ ਵਾਸ਼ਰੂਮ ਹੈ ਇਹ ਕਿਚਨ ਹੈ ਇਹ ਬਰਾਮਦਾ ਹੈ ਇੰਜ ਕਰਕੇ ਨਾ ਹਾਂ ਉਹ ਗੱਲਾਂ ਕਰਦੇ ਕਰਦੇ ਨੇ ਇੰਜ ਗਰਾਜ ਚ ਆ ਗਏ ਮੈਂ ਗਰਾਜ ਚ ਖੜਾ ਤੇ ਉਹ ਭਾਈ ਮੈਨੂੰ ਪੁੱਛਦਾ ਜਿਹਨੇ ਮਕਾਨ ਕਿਰਾਏ ਤੇ ਲੈਣਾ ਸੀ ਕਿ ਮਕਾਨ ਦਾ ਕਿੰਨਾ ਕਿਰਾਇਆ ਜੀ ਮੈਂ ਤੁਹਾਡੇ ਨਾਲ ਡੀਲਰ ਹੈਗੇ ਨੇ ਇਹਨਾਂ ਨੂੰ ਪੁੱਛੋ ਉਹ ਡੀਲਰ ਨੂੰ ਆਉਂਦੇ ਬਈ ਕਿੰਨਾ ਕਿਰਾਇਆ ਜੀ ਇਹਦਾ ਉਹ ਆਉਂਦਾ ਜੀ 13,000 ਰੁਪਈਆ ਹੁਣ ਸਾਰੇ ਬੰਦੇ ਗਰਾਜ ਦੇ ਵਿੱਚ ਖੜੇ ਗਰਾਜ ਸੀ ਬਕਾਇਦਾ ਹਾਂ ਗਰਾਜ ਦੇ ਵਿੱਚ ਖੜੇ ਉਹ ਆਉਂਦਾ ਜੀ 13,000 ਰੁਪਈਆ ਕਿਰਾਇਆ ਉਹ ਇੱਕ ਭਾਈ ਆਂਦਾ ਯਾਰ 13 ਤੇ ਬਹੁਤ ਜ਼ਿਆਦਾ ਹੈਗਾ ਕਿਰਾਇਆ ਘੱਟ ਕਰਾ ਉਹ ਡੀਲਰ ਆਂਦਾ ਹਾਜੀ ਸਾਹਿਬ ਨੇ ਕਿਰਾਇਆ ਘੱਟ ਨਹੀਂ ਕਰਨਾ ਫਿਰ ਅਗੇ ਚਲੋ ਫੋਨ ਤੇ ਕਰ ਜਿਵੇਂ ਪਾਰਟੀਆਂ ਕਹਿੰਦੀਆਂ ਉਹ ਫੋਨ ਕਰੋ ਫੋਨ ਤੇ ਕਰੋ ਜ਼ਰਾ ਹੁਣੇ ਫੋਨ ਕਰੋ ਉਹਨੇ ਡੀਲਰ ਨੇ ਕੀ ਕੀਤਾ ਹਾਜੀ ਸਾਹਿਬ ਅੱਗੋਂ ਬੜੇ ਸਖ਼ਤ ਵੀ ਇਹਦੇ ਸਨ ਗਾਲਾਂ ਸਾਨੂੰ ਤੇ ਸਾਰਿਆਂ ਨੂੰ ਕੱਢਦੇ ਹੀ ਸੀ ਉਹਨੇ ਡੀਲਰ ਨੇ ਕੀਤਾ ਫੋਨ ਫੜਿਆ ਜੀ ਫੋਨ ਫੜ ਕੇ ਨਾ ਤੇ ਸਪੀਕਰ ਓਪਨ ਕਰਕੇ ਆਉਂਦਾ ਹੈ ਅਸਲਾਮ ਅਲੈਕੁਮ ਹਾਜੀ ਸਾਹਿਬ ਹਾਜੀ ਸਾਹਿਬ ਨੂੰ ਤੇ ਪਤਾ ਸੀ ਮੇਰਾ ਮਕਾਨ ਵਿਖਾ ਰਿਹਾ ਉਹ ਹਾਜੀ ਸਾਹਿਬ ਆਂਦੇ ਵਾਲੇਕੁਮ ਸਲਾਮ ਆਂਦੇ ਹਾਜੀ ਸਾਹਿਬ ਤੁਹਾਡਾ ਮਕਾਨ ਪਾਰਟੀ ਨੂੰ ਵਿਖਾਇਆ ਤੇ ਪਾਰਟੀ ਨੂੰ ਪਸੰਦ ਹੀ ਆ ਗਿਆ ਹਾਜੀ ਸਾਹਿਬ ਆਂਦੇ ਅੱਛਾ 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 ਠੀਕ ਹੈ ਹਾਂ ਹਾਂ ਹੁਣ ਮੈਂ ਵੀ ਸੁਣ ਰਿਹਾ ਸਪੀਕਰ ਤੇ ਗੱਲਾਂ ਪਾਰਟੀ ਵੀ ਸੁਣ ਰਹੀ ਹੈ ਤੇ ਡੀਲਰ ਵੀ ਸੁਣ ਰਿਹਾ ਤੇ ਉਹ ਡੀਲਰ ਆਂਦਾ ਹਾਜੀ ਸਾਹਿਬ ਪਾਰਟੀ ਕਹਿੰਦੀ ਕਿਰਾਇਆ ਬਹੁਤ ਜ਼ਿਆਦਾ ਹੈ ਤੇ ਕੋਈ ਕਿਰਾਇਆ ਘੱਟ ਹੋ ਸਕਦਾ ਹੈ ਹਾਜੀ ਸਾਹਿਬ ਆਂਦੇ ਨੇ ਕਿਰਾਇਆ ਨਹੀਂ ਘੱਟ ਹੋਣਾ ਕਿਰਾਇਆ 13,000 ਹੀ ਰਹਿਣਾ ਪਾਰਟੀ ਕੀ ਆਉਂਦੀ ਜੀ ਉਹ ਆਉਂਦਾ ਜੀ ਪਾਰਟੀ ਤੇ ਆਉਂਦੀ ਕੋਈ 7-8,000 ਚ ਲੈ ਦਿਓ ਹਾਜੀ ਸਾਹਿਬ ਆਂਦੇ ਪਰ ਸਾਰੇ ਬੰਦੇ ਹੀ ਸੁਣ ਰਹੇ ਪਾਰਟੀ ਬਾਹਰ ਕੱਢੋ ਉਹ ਭਾਈ ਜੀ ਉੱਥੇ ਰੋਲਾ ਪੈ ਗਿਆ ਉਹ ਡੀਲਰ ਨੇ ਫੋਨ ਬੰਦ ਕੀਤਾ ਪਾਰਟੀ ਆਉਂਦੀ ਉਹ ਬੰਦਾ ਮਿਲਵਾਓ ਤੁਹਾਨੂੰ ਹਾਜੀ ਸਾਹਿਬ ਉਹ ਬੜੀ ਮੁਸ਼ਕਿਲ ਪਾਰਟੀ ਨੂੰ ਮਨਾਇਆ ਕਿ ਉਹ ਬੰਦਾ ਇੱਥੇ ਆਇਆ ਹੀ ਨੀ ਕਰਾਚੀ ਮੈਂ ਤੇ ਉਹ ਗੱਲ ਪਊ ਸੀ ਸਾਡੇ ਵੀ ਹਾਜੀ ਸਾਹਿਬ ਉਹ ਡੀਲਰ ਵਿਚਾਰਾ ਪਰੇਸ਼ਾਨ ਬਈ ਇਹ ਕੀ ਗੱਲ ਬਣ ਗਈ ਮੇਰੇ ਨਾਲ ਤੇ ਉਹ ਤੋਂ ਫਿਰ ਜਿਹੜਾ ਬੜੀ ਮੁਸ਼ਕਿਲ ਹਾਜੀ ਸਾਹਿਬ ਉਹਨਾਂ ਨੂੰ ਮਾਫ਼ੀ ਤਲਾਫ਼ੀ ਮੰਗੀ ਯਾਰ ਤੁਹਾਡੀ ਮਿਹਰਬਾਨੀ ਉਹ ਬਜ਼ੁਰਗ ਨੇ ਤੇ ਇੱਥੇ ਨਹੀਂ ਹੈਗੇ ਕਰਾਚੀ ਗਏ ਨੇ ਤੇ ਫਿਰ ਉਹਨਾਂ ਸਾਡੀ ਜਾਨ ਛੱਡੀ
ਇੰਜ ਦੇ ਵਾਕੇ ਵੀ ਬਣ ਜਾਂਦੇ ਤੇ ਡੀਲਰ ਨੂੰ ਚਾਹੀਦਾ ਕਿ ਸਪੀਕਰ ਓਪਨ ਕਰਕੇ ਪਾਰਟੀ ਦੇ ਸਾਹਮਣੇ ਕਦੀ ਗੱਲ ਨਾ ਕਰੇ।